ਸਾਤ ਸ੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਅੱਜ ਆਪਾਂ ਤੁਹਾਡੇ ਨਾਲ ਡੀਬੀਡਬਲਯੂ 303 ਜਿਹੜੀ ਕਿ ਆਪਣੇ ਖੇਤਾਂ ਦੇ ਵਿੱਚ ਆ ਤੁਹਾਡੇ ਸਾਹਮਣੇ ਆ ਇਸ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਕਦੋਂ ਆਪਾਂ ਬਜਾਈ ਕੀਤੀ ਸੀ ਤੇ ਕੀ ਇਸ ਦੇ ਖਾਸ ਗੁਣ ਨੇ ਕੀ ਪਹਿਚਾਣ ਹੈ ਇਸ ਦੀ ਤੇ ਕੀ ਇਸ ਦਾ ਪਿਛਲੀ ਵਾਰ ਝਾੜ ਰਿਆ ਸੀ ਇਸ ਤੋਂ ਪਹਿਲਾਂ ਆਪਾਂ ਇੱਕ ਥੜ ਨਾਲ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਆਂ ਕਿ ਇਸ ਆਪਾਂ ਕਣਕ ਤੇ ਤਕਰੀਬਨ 28 ਦਸੰਬਰ 29 ਦਸੰਬਰ ਦੇ 29 ਦਸੰਬਰ ਨੂੰ ਆਪਾਂ ਇੱਕ ਸਪਰੇਅ ਕੀਤੀ ਸੀ ਜਿੰਦਾ ਆਪਣੇ ਫਸਲ ਤੇ ਬਹੁਤ ਵਧੀਆ ਆਪਾਂ ਨੂੰ ਰਿਜ਼ਲਟ ਦੇਖਣ ਨੂੰ ਮਿਲਿਆ ਤੇ ਇਹ ਤੁਸੀਂ ਜਿਹੜੀ ਵੀਡੀਓ ਚੱਲ ਰਹੀ ਹੈ ਆਪਣੀ ਇਹ ਅੱਜ ਦੀ ਵੀਡੀਓ ਜਾਨੀ ਕਿ ਆਪਣੀ ਇਹ 9 ਜਨਵਰੀ ਦੀ ਤੇ ਜਿਹੜੀ ਇਹ ਵੀਡੀਓ ਆਪਣੀ ਹੈਗੀ ਸੀ ਜੀ 29 ਦਸੰਬਰ ਨੂੰ ਜਿਸ ਦਿਨ ਆਪਾਂ ਸਪਰੇਅ ਕੀਤੀ ਸੀ ਸਪਰੇਅ ਕਰਨ ਤੋਂ ਬਾਅਦ ਆਪਾਂ ਵੀਡੀਓ ਅਪਲੋਡ ਕੀਤੀ ਬਣਾਈ ਸੀ ਇਹ ਆਪਣੀ ਕਣਕ ਹੈ ਇਹੋ ਜੀ 303 ਤੇ ਇਸ ਸਪਰੇਅ ਦਾ ਆਪਣੇ ਫਸਲ ਦੇ ਬਹੁਤ ਵਧੀਆ ਆਪਾਂ ਨੂੰ ਰਿਜ਼ਲਟ ਮਿਲਿਆ ਪਿਛਲੇ ਸਾਲ ਵੀ ਆਪਾਂ ਕਰਦੇ ਹਾਂ ਬਹੁਤ ਵਧੀਆ ਸਦਾ ਰਿਜ਼ਲਟ ਇਹ ਆਪਾਂ ਵੀਡੀਓ ਵੀ ਅਪਲੋਡ ਕੀਤੀ ਸੀ ਇਸ ਆਪਣੇ ਫਾਰਮੂਲੇ ਤੇ ਤੇ ਬਹੁਤ ਵਧੀਆ ਸਦਾ ਤੁਹਾਡੇ ਸਾਹਮਣੇ ਹੈ ਜੀ ਇਹ ਆ ਜਾਨੀ ਕਿ 29 ਦਸੰਬਰ ਤੋਂ ਬਾਅਦ ਜਾਨੀ ਕਿ 9 10 ਦਿਨਾਂ ਬਾਅਦ ਇਹ ਕਣਕ ਦਾ ਤੁਸੀਂ ਰੰਗ ਦੇਖ ਲਓ ਕਣਕ ਦੀ ਫਟਾਰ ਦੇਖ ਲਓ ਕਿੰਨਾ ਫਰਕ ਹੈ ਕਣਕ ਤੇ ਤੇ ਕਣਕ ਦੀ ਫਟਾਰ ਬਹੁਤ ਵਧੀਆ ਕਣਕ ਦਾ ਰੰਗ ਪੂਰਾ ਹਰੇਪਣ ਦੇ ਵਿੱਚ ਜਿੰਨੀ ਵੀ ਕਿਸੇ ਪ੍ਰਕਾਰ ਦੀ ਕਾੜਸੀ ਸਭ ਪੂਰੀ ਹੋ ਚੁੱਕੀ ਹੈ ਤੇ ਵਧੀਆ ਕਣਕ ਆਪਾਂ ਨੂੰ ਦੇਖਣ ਨੂੰ ਫਟਾਰ ਵੀ ਚੰਗੀ ਏ ਇਹ ਵੀਡੀਓ ਆਪਣੀ 29 ਦਸੰਬਰ ਦੀ ਸੀ ਜਿਸ ਦਿਨ ਆਪਾਂ ਸਪਰੇਅ ਕੀਤੀ ਸੀ ਤੇ ਜਿਹੜੀ ਅੱਜ ਦੀ ਵੀਡੀਓ ਇਹ ਤੁਹਾਡੇ ਸਾਹਮਣੇ ਆ ਇੱਕ ਤਾਂ ਆਪਾਂ ਤੁਹਾਡਾਂ ਨਾਲ ਇਹ ਜਾਣਕਾਰੀ ਸਾਂਝੀ ਕਰਦੇ ਆਂ ਤੇ ਇਹਦੇ ਵਾਸਤੇ ਆਪਾਂ ਕਿ ਸਪਰੇਅ ਕੀਤੀ ਸੀ ਜਿੰਦੇ ਵਿੱਚ ਆਪਾਂ 1 ਕਿਲੋ ਮੈਗਨੀਸਿਅਮ ਸਲਫੇਟ ਲਿਆ ਸੀ 3.5% ਤੇ 1.5 ਕਿਲੋ ਯੂਰੀਆ ਤੇ 1 ਕਿਲੋ ਆਪਾਂ ਆਪਾਂ ਜ਼ਿੰਕ ਲਈ ਸੀ 21% ਵਾਲੀ ਤੇ ਅੱਧਾ ਕਿਲੋ ਆਪਾਂ ਲਿਆ ਸੀ ਅਣਬੁਝਿਆ ਚੂਨਾ ਇਹਦੀ ਆਪਾਂ ਇੱਕ ਸਪਰੇਅ ਕੀਤੀ ਸੀ ਹੁਣ ਜਿਹੜੇ ਕਈ ਕਿਸਾਨ ਵੀਰ ਦੋ ਤੇ ਤਿੰਨ ਸਪਰੇਅਾਂ ਵੀ ਕਰਦੇ ਨੇ ਇਸ ਫਾਰਮੂਲੇ ਦੀਆਂ ਬਹੁਤ ਵਧੀਆ ਅਸਰ ਦਾ ਰਿਜ਼ਲਟ ਤੁਹਾਡੇ ਸਾਹਮਣੇ ਆ ਤੇ ਇਹੇ ਸਪਰੇ ਆਪਾਂ ਜਾਨੀ ਕਿ 29 ਦਸੰਬਰ ਨੂੰ ਕੀਤੀ ਸੀ ਤੇ ਆਪਾਂ ਇੱਕ ਸਪਰੇ ਕੀਤੀ ਕਿਉਂਕਿ ਆਪਣੇ ਜਿਹੜੀ ਜ਼ਮੀਨਾਂ ਨੇ ਜ਼ਮੀਨਾਂ ਪਾਰੀਆਂ ਡਾਕਰ ਨੇ ਇੱਕ ਜ਼ਮੀਨਾਂ ਆਪਣੇ ਇੱਕ ਸਪਰੇ ਨਾਲ ਬਹੁਤ ਵਧੀਆ ਆਪਣੀ ਫਟਾਰ ਕਣਕ ਕਰ ਰਹੀ ਹੈ ਤੇ ਆਪਾਂ ਇਹਦੀ 14 ਨਵੰਬਰ ਨੂੰ ਇਸ ਦੀ ਬਜਾਈ ਕੀਤੀ ਸੀ ਤੇ ਬਾਕੀ ਜਿਹੜੇ ਵੀਰ ਕਈ ਵੀਰ ਦੋ ਤੋਂ ਤਿੰਨ ਸਪਰੇਆਂ ਵੀ ਕਰਦੇ ਜਿੱਥੇ ਆਪਣੇ ਹਲਕੇ ਜਾਂ ਰੇਤਲੇ ਬਾਣ ਜਿੱਥੇ ਜ਼ਿਆਦਾ ਘਾਟ ਆਉਂਦੀ ਆਪਣੇ ਪੌਸ਼ਕ ਤੱਤਾਂ ਦੀ ਬਾਕੀ ਮੇਨ ਗੱਲ ਜੀ ਆਪਣੇ ਫਸਲ ਦੇ ਵਿੱਚ ਪੌਸ਼ਕ ਤੱਤ ਪੂਰੇ ਕਰਨ ਦੀ ਬਾਕੀ ਝਾੜ ਸਾਰਾ ਮੌਸਮ ਤੇ ਡਿਪੈਂਡ ਕਰਦਾ ਹੈ ਤੇ ਇਹ ਆਪਾਂ ਤੁਹਾਡੇ ਨਾਲ ਇਹ ਜਾਣਕਾਰੀ ਸਾਂਝੀ ਕਰਨੀ ਸੀ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਵੀ ਜਿਹੜੀ 303 DBWS ਦਾ ਪਿਛਲੀ ਵਾਰ ਕੀ ਝਾੜ ਰਿਹਾ ਸੀ ਤੇ ਕੀ ਇਸ ਦਾ ਆਪਣਾ ਇਹਦੇ ਗੁਣ ਨੇ ਕੀ ਪਹਿਚਾਣ ਨੇ ਇਹ ਆਪਣੀ ਵੈਰਾਈਟੀ ਜੀ ਆਪਾਂ ਲਾਈਸ BGC 14 ਨਵੰਬਰ ਨੂੰ 14 ਨਵੰਬਰ ਨੂੰ ਇਸ ਦੀ ਬਜਾਈ ਹੈ ਤੇ ਇਹਦੇ ਵਿੱਚ ਜਿਹੜੇ ਪਿਛਲੀ ਵਾਰ ਆਪਾਂ ਦੇਖੇ ਨੇ ਕਿ ਜਿਹੜੀ ਇਹ ਆਪਣੇ ਇੱਕ ਤਾਂ ਜਿਹੜਾ بارشਾਂ ਦਾ ਜ਼ਿਆਦਾ ਪਾਣੀ ਹੈ ਤੇ بارشਾਂ ਪੈਂਦੀਆਂ ਜਿੱਥੇ ਦੂਜੀਆਂ ਵੈਰੈਟੀਆਂ ਪੀਲੇ ਪਣ ਵਿੱਚ ਆ ਗਈਆਂ ਸੀ ਉੱਥੇ ਯਾਨੀ ਕਿ ਪਾਣੀ ਦਾ ਝਟਕਾ ਸਹਿਣ ਕਰ ਗਈ ਸੀ ਜਲਦੀ ਪੀਲੇ ਪਣ ਦੇ ਵਿੱਚ ਨਹੀਂ ਸੀ ਆਈ ਇਹਦੀ ਇੱਕ ਇਹ ਖਾਸियत ਦੇਖੀ ਗਈ ਹੈ ਬਾਕੀ ਇਹਦਾ ਕੱਦ 101 ਸੈਂਟੀਮੀਟਰ ਹੁੰਦਾ ਹੈ ਤੇ ਜੇਕਰ ਆਪਾਂ ਇਹਦੇ ਤੇ ਗ੍ਰੋਥ ਰਿਟਾਰਡ ਸਪਰੇਅ ਕਰਦੇ ਹਾਂ ਜਿਵੇਂ ਲੀਹੋਸਿਨ ਜੇਕਰ ਗੇਤੀ ਵਿਜਾਈ ਕਰਕੇ ਫਿਰ ਇਹਦਾ ਕੱਦ 90 ਤੋਂ 95 ਸੈਂਟੀਮੀਟਰ ਤੱਕ ਰਹਿੰਦਾ ਹੈ ਤੇ ਇਹ ਕਿਸਮਾ ਤਕਰੀਬਨ ਹੀ 152 ਦਿਨਾਂ ਤੋਂ ਲੈ ਕੇ 156 57 ਦਿਨਾਂ ਵਿੱਚ ਪੱਕਦੀ ਹੈ ਜੇਕਰ ਆਪਣੀ ਜਮੀਨਾਂ ਪਾਰੀਆਂ ਨੇ 2-4 ਦਿਨ ਵੱਧ ਵੀ ਲੈ ਸਕਦੀ ਹੈ ਜੇਕਰ ਹਲਕੀਆਂ ਜ ਰੇਤਲੇ ਬਾਹ ਨੇ ਜਾਂ ਮੌਸਮ ਤੇ ਡਿਪੈਂਡ ਕਰਦਾ ਜੇਕਰ ਮੌਸਮ ਜਿਆਦਾ ਗਰਮੀ ਪੈਂਦੀ ਹੈ ਹੋ ਸਕਦਾ ਫਿਰ 2-4 ਦਿਨ ਪਹਿਲਾਂ ਦੀ ਪੱਕ ਸਕਦੀ ਹੈ ਇਹ ਬਾਕੀ ਸਭ ਝਾੜ ਮੌਸਮ ਤੇ ਅਤੇ ਜਿਹੜਾ ਪੱਕਣਾ ਫਸਲ ਦਾ ਜਿਵੇਂ ਪਿਛਲੀ ਵਾਰ ਮੌਸਮ ਵਧੀਆ ਫਸਲਾਂ ਦੇ ਅਨਕੂਸ਼ੀ ਫਸਲਾਂ ਭਾਵੇਂ ਡਿੱਗ ਪਈਆਂ ਸੀ ਬਾਕੀ ਮੌਸਮ ਠੰਡਾ ਹੁੰਦੇ ਕਾਰਨ ਕਣਕਾਂ ਜਾਨਕਿ 2-4-5 ਦਿਨ ਲੇਟ ਪੱਕੀਆਂ ਸੀ ਬਾਕੀ ਝਾੜ ਵੀ ਆਪਾਂ ਨੂੰ ਦੇਖਣ ਨੂੰ ਬਹੁਤ ਵਧੀਆ ਮਿਲੇ ਸੀ ਜੇਕਰ ਆਪਾਂ ਅਸਡੇ ਝਾੜ ਦੀ ਗੱਲ ਕਰੀਏ ਜਿਹੜਾ ਪਿਛਲੀ ਵਾਰ ਝਾੜ ਸਾਡੇ ਏਰੀਆ ਦੇ ਵਿੱਚ ਸਾਡੀਆਂ ਇਹ ਪੱਕੀਆਂ ਜ਼ਮੀਨਾਂ ਨੇ ਡਾਕਰ ਜ਼ਮੀਨਾਂ ਨੇ ਪਾਰੀਆਂ ਜ਼ਮੀਨਾਂ ਜਿਵੇਂ ਆਪਾਂ ਕਹਿ ਦਈਏ ਇਹ ਆਪਣਾ ਝਾੜ ਜਾਨਕਿ 60 ਮਣ ਤੋਂ ਲੈ ਕੇ ਬਾਕੀ ਕਿਸਾਨ ਦੀ ਦੇਖਭਾਲ ਤੇ ਡਿਪੈਂਡ ਕਰਦਾ ਤੇ 67-68 ਮਣ ਤੱਕ ਆਪਣੇ ਖੇਤਾਂ ਦੇ ਵਿੱਚੋਂ ਇਹ ਝਾੜ ਪਿਛਲੀ ਵਾਰ ਲਿਆ ਸੀ ਵੱਖ-ਵੱਖ ਕਿਸਾਨਾਂ ਦੇ ਬਾਕੀ ਪਿਛਲੀ ਵਾਰ ਇੱਕ ਤਾਂ ਇਹ ਕਾਰਨ ਸੀ ਫਸਲ ਦਾ ਤੇ ਇੱਕ ਜਿਹੜਾ ਆਪਣਾ ਬੀਜ ਡੁਬਲੀਕੇਟ ਮਿਲ ਗਿਆ ਸੀ ਬੀਜ ਨਕਲੀ ਮਿਲ ਗਿਆ ਸੀ ਉਸ ਕਰਕੇ ਵੀ ਕਈਆਂ ਕਿਸਾਨਾਂ ਨਾਲ ਧੋਖੇ ਹੋਏ ਸੀ ਸਹੀ ਬੀਜ ਨਹੀਂ ਸੀ ਮਿਲਿਆ ਤੇ ਜੇ ਕਿ ਜਿਹੜਾ ਸਹੀ ਬੀਜ ਲਿਆ ਸੀ ਪੱਕੇ ਬੇਲ ਤੇ ਉਹਦਾ ਝਾੜ 60 ਮਣ ਤੋਂ ਲੈ ਕੇ ਆਪਣਾ 66 67 68 ਮਣ ਤੱਕ ਆਪਣੇ ਏਰੀਆ ਦੇ ਵਿੱਚ ਇਸ ਦਾ ਝਾੜ ਆਪਾਂ ਨੂੰ ਦੇਖਣ ਨੂੰ ਮਿਲਿਆ ਸੀ ਤੇ ਇਸ ਵਾਰ ਵੀ ਆਪਣੇ ਕਾਫੀ ਏਰੀਆ ਦੇ ਵਿੱਚ ਇਹ ਆਪਣਾ ਵੈਰੈਟੀ ਹੈ ਇਸ ਵਾਰ ਕਿਸਾਨਾਂ ਨੇ ਲਾਈ ਹੈ ਜੇਕਰ ਆਪਾਂ ਦੀ ਪਹਿਚਾਣ ਜਾਂ ਗੁਣਾ ਦੀ ਗੱਲ ਕਰੀਏ ਇੱਕ ਤਾਂ ਇਹ ਜਿਹੜਾ ਖੜੇ ਪਾਣੀ ਦਾ ਝਟਕਾ ਸਹਿਣ ਕਰਦੀ ਜਲਦਾ ਪੀਲੀ ਨਹੀਂ ਪੈਂਦੀ ਇਹ ਕਿੰਦੀ ਪਹਿਚਾਣ ਪਿਛਲੀ ਵਾਰ ਦੇਖੀ ਕਿ ਜਿੰਨੀਆਂ ਵੀ ਇਹਦੀਆਂ ਫੋਟਾਂ ਨੇ ਬਾਅਦ ਵਿੱਚ ਇਹਦੀਆਂ ਫੋਟਾਂ ਨਿਕਲਦੀਆਂ ਨੇ ਉਹਦੇ ਜਿੰਨੇ ਵੀ ਸਿੱਟੇ ਜਿਹੜੇ ਦੂਜੇ ਸਿੱਟੇ ਨਿਕਲਦੇ ਉਹਨਾਂ ਦੇ ਬਰਾਬਰ ਉਚਾਈ ਤੇ ਯਾਨੀ ਕਿ ਜਿਹੜੇ ਸਿੱਟਿਆਂ ਦੀ ਉਚਾਈ ਬਰਾਬਰ ਉਚਾਈ ਹੁੰਦੀ ਨੇ ਇਹਨਾਂ ਦੀ ਕੋਈ ਛੋਟਾ ਨੀ ਸੀਟਾ ਨੀਵਾ ਹੁੰਦਾ ਜਿਵੇਂ ਆਪਾਂ ਵੈਰਾਈਟੀਆਂ 'ਚ ਵੇਖਦੇ ਆ ਇਹ ਜਿੰਨੇ ਵੀ ਸਿੱਟੇ ਫੋਟ ਦੇ ਸਿੱਟੇ ਨਿਕਲਦੇ ਨੇ ਕਿ ਇਹਨਾਂ ਦੀ ਉਚਾਈ ਬਰਾਬਰ ਹੁੰਦੀ ਜਿਨ੍ਹਾਂ ਵਿੱਚ ਕਟਣ ਦੇ ਵਿੱਚ ਆਸਾਨੀ ਰਹਿੰਦੀ ਹੈ ਫਸਲ ਕਟਾਈ ਵਿੱਚ ਥੱਲੇ ਛਿੱਟੇ ਨਹੀਂ ਆਪਨੇ ਰਹਿੰਦੇ ਤੇ ਯਾਨੀ ਕਿ ਛਿੱਟਿਆਂ ਦੀ ਜਿਹੜੀ ਬਰਾਬਰ ਉਚਾਈ ਹੁੰਦੀ ਜੀ ਕੋਈ ਉੱਚੇ ਨਹੀਂ ਛਿੱਟੇ ਨਹੀਂ ਹੁੰਦੇ ਤੇ ਇਹਦੇ ਵਿੱਚ ਜਿਹੜੀ ਬਲੈਕ ਤੇ येलो ਰੈਸਟ ਦੇ ਪ੍ਰਤੀ ਸਹਿਨਸ਼ੀਲਤਾ ਟਾਕਰਾ ਕਰਨ ਦੀ ਸਮਰੱਥਾ ਰੱਖਦੀ ਏ ਜਿਹੜੇ ਇਹਦਾ ਆਪਣਾ ਜਿਹੜਾ ਕਰਨਾਲ ਵਾਲੇ ਇਹਨਾਂ ਦਾ ਜਿਹੜਾ ਵજન ਦੱਸਦੇ ਨੇ ਹਰ ਦਾਣੇ ਦਾ 42 ਗ੍ਰਾਮ ਇਹਨਾਂ ਦਾ ਵਜਨ ਏ ਇਹ ਆਪਣੀ ਕਰਨਾਲ ਵਾਲਿਆਂ ਦੀ ਵੈਰਾਈਟੀ ਜਿੱਥੇ ਜਿਵੇਂ ਆਪਣੀਆਂ 327 187 222 ਇਹ ਸਾਰੀਆਂ ਉਹਨਾਂ ਦੀਆਂ ਵੈਰਾਈਟੀਆਂ ਨੇ ਆਪਣੇ ਹਰਿਆਣੇ ਵਾਲੇ ਕਰਨਾਲ ਵਾਲੀ ਦੀਆਂ ਵੈਰਾਈਟੀਆਂ ਨੇ ਤੇ ਰੋਟੀ ਦੀ ਕੁਆਲਿਟੀ ਵਜੋਂ ਵੀ ਬਹੁਤ ਵਧੀਆ ਹੈ ਤੇ ਇਹਦੇ ਵਿੱਚ ਇੱਕ ਪਹਿਚਾਣ ਹੋਰ ਜਾਂਦਾ ਗੁਣ ਲਾ ਲਓ ਇਹਦੀ ਇੱਕ ਢੰਡੀ ਦੇ ਵਿੱਚ ਜਿਵੇਂ ਦੂਜੀਆਂ ਕਿਸਮਾਂ ਦੇ ਨਾਲੋਂ ਇਹਦੀ ਇੱਕ ਢੰਡੀ ਦੇ ਵਿੱਚ 5 ਤੋਂ 7 ਦਾਣੇ ਹੁੰਦੇ ਨੇ ਇਹ ਇੱਕ ਦੀ ਬਹੁਤ ਵੱਡੀ ਪਹਿਚਾਣ ਹੈ ਤੇ ਜਿਹੜੀਆਂ ਆਮ ਵੈਰਾਈਟੀਆਂ ਉਹਨਾਂ ਦੇ ਵਿੱਚ ਦਾਣੇ ਕੱਟ ਹੁੰਦੇ ਨੇ ਇਹਦੇ ਵਿੱਚ ਇੱਕ ਢੰਡੀ ਦੇ ਵਿੱਚ 5 ਤੋਂ 7 ਦਾਣੇ ਹੁੰਦੇ ਨੇ ਤੇ ਇਹਦੀ ਪਹਿਚਾਨ ਨੇ ਬਾਕੀ ਇੱਕੇ ਦੀ ਪਹਿਚਾਨ ਜਦੋਂ ਇਹ ਪੱਕਣ ਵੇਲੇ ਆਉਂਦੀ ਏ ਇਹ ਜਿਹੜੇ ਆਮ ਕਿਸਮਾਂ ਨਾਲੋਂ ਸੋਕਾ ਜ਼ਿਆਦਾ ਮਣਾਉਂਦੀ ਏ ਭਾਵੇਂ ਆਪਾਂ ਜ਼ਮੀਨ ਦੇ ਵਿੱਚ ਆਪਣੀ ਜ਼ਮੀਨ ਵਿੱਚ ਨਮੀ ਹੈਗੀ ਹੈ ਆਪਾਂ ਪਾਣੀ ਵੀ ਲਾ ਚੁੱਕੇ ਆਂ ਬਾਕੀ ਫਿਰ ਵੀ ਉਸ ਦੇ باوجود ਵੀ ਜਦੋਂ ਪੱਕਣ ਦੇ ਸਟੇਜ ਵੱਲ ਆਉਂਦੀ ਏ ਇਹ ਜ਼ਿਆਦਾ ਸੁਕਤਾ ਮਣਾਉਂਦੀ ਏ ਦੇਖਣ ਵਿੱਚ ਆਪਾਂ ਨੂੰ ਸੋਹਣੀ ਨਹੀਂ ਲੱਗਦੀ ਤੇ ਇਹਦੇ ਜਿਹੜੇ ਜੇਕਰ ਜ਼ਿਆਦਾ ਗਰਮੀ ਪੈਂਦੀ ਏ ਤੇ ਇਹ ਦੂਜੀਆਂ ਕਿਸਮਾਂ ਨਾਲੋਂ ਜ਼ਿਆਦਾ ਛੇਤੀ ਕਮਲ ਆਉਂਦੀ ਏ ਇਹਦੇ ਪੱਤੇ ਜ਼ਿਆਦਾ ਛੇਤੀ ਸੁੱਕ ਜਾਂਦੇ ਨੇ ਤੇ ਦੇਖਣ ਚੋਂ ਜਿਵੇਂ ਜਾਦਾ ਜਿਵੇਂ ਪਾਣੀ ਲੱਗਣ ਦੇ ਬਾਵਜੂਦ ਵੀ ਜਿਆਦਾ ਸੋਕਾ ਜਾਂ ਮਣਾਉਂਦਾ ਰਹਿੰਦੀ ਹੈ ਤੇ ਦੇਖਣ 'ਚ ਸੋਹਣੀ ਨਹੀਂ ਲੱਗਦੀ ਇਹਦੀ ਆਪਾਂ 14 ਨਵੰਬਰ ਨੂੰ ਆਪਾਂ ਇਸ ਦੀ ਬਿਜਾਈ ਕੀਤੀ ਸੀ ਝਾੜ ਵਜੋਂ ਵੀ ਬਹੁਤ ਵਧੀਆ ਹੈ ਬਾਕੀ ਜਿਹੜਾ ਆਪਾਂ ਇਹ ਫਾਰਮੂਲਾ ਸਪਰੇਅ ਕੀਤਾ ਆਪਾਂ ਇੱਕ ਸਪਰੇਅ ਕੀਤਾ ਹੈ ਇੱਕ ਸਪਰੇਅ ਦੇ ਨਾਲ ਹੀ ਬਹੁਤ ਵਧੀਆ ਆਪਾਂ ਨੂੰ ਰਿਜ਼ਲਟ ਮਿਲਿਆ ਜਿਹੜੇ ਖੇਤਾਂ ਦੇ ਵਿੱਚ ਘੱਟ ਫੋਟ ਹੁੰਦੀ ਹੈ ਆਪਣੇ ਕਿਸਾਨਾਂ ਵੀਰਾਂ ਦੇ ਘੱਟ ਫੋਟ ਕਰਦੀ ਜਾਂ ਜਮੀਨ ਆਪਣੀ ਕਣਕ ਜ਼ਿਆਦਾ ਪੀਲੀ ਪੀਲੀ ਪੈ ਜਾਂਦੀ ਹੈ ਇਹ ਫਾਰਮੂਲਾ ਜ਼ਰੂਰ ਵਰਤੋ ਜਾਂ ਨਦੀਨ ਅ ਸਪਰੇਅ ਕਰਕੇ ਆਪਣਾ ਕਣਕ ਜ਼ਿਆਦੀ ਪੀਲੀ ਪੈ ਜਾਂਦੀ ਉਸ ਕਰਕੇ ਵੀ ਇਹ ਫਾਰਮੂਲਾ ਆਪਾਂ ਇਹਦੇ ਵਿੱਚ ਮੈਗਨੀਸ਼ੀਅਮ ਵੀ ਐਡ ਕਰ ਸਕਦੇ ਆ 5 ਤੋਂ 700 ਗ੍ਰਾਮ ਤੇ ਆਪਣੇ ਬਹੁਤ ਵਧੀਆ ਆਪਣੇ ਕਣਕ ਦੀ ਫਟਾਰ ਵਾਸਤੇ ਬਹੁਤ ਵਧੀਆ ਇਸ ਦਾ ਆਪਾਂ ਨੂੰ ਰਿਜ਼ਲਟ ਮਿਲਦਾ ਪਿਛਲੇ ਸਾਲ ਵੀ ਆਪਾਂ ਕਰਦੇ ਆ ਪਸ ਦੀ ਵੀਡੀਓ ਵੀ ਅਪਲੋਡ ਕੀ ਕੀਤੀ ਹੋਈ ਇਸ ਫਾਰਮੂਲੇ ਦੀ ਤੇ ਬਹੁਤ ਵਧੀਆ ਪਸ ਦਾ ਆ ਤੁਹਾਡੇ ਸਾਹਮਣੇ ਵੀਡੀਓ ਤੇ ਫਟਾਰ ਦੇਖ ਲੋ ਕਣਕ ਦੀ ਬਹੁਤ ਵਧੀਆ ਜੀ ਬਾਕੀ ਇਹ DBW 303 ਦੀ ਆਪਾਂ ਜਾਣਕਾਰੀ ਤੁਹਾਣਾ ਸਾਂਝੀ ਕੀਤੀ ਸੀ ਜਿਹੜੀ ਵੀਰ ਆਪਣੇ ਚੈਨਲ ਤੇ YouTube ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਬਸਕ੍ਰਾਈਬ ਕਰ ਲਓ ਜੀ ਜਿਹੜੇ Facebook ਪੇਜ ਤੇ ਦੇਖ ਰਹੇ ਨੇ ਆਪਣੇ ਫੇਸ ਆਪਣੇ ਪੇਜ ਨੂੰ ਜ਼ਰੂਰ ਫੋਲੋ ਕਰ ਲਓ ਜੀ ਧੰਨਵਾਦ ਜੀ